ਮੈਨੂੰ ਕਹਿੰਦੇ ਵੀ ਕਾਮੇਡੀ ਫਿਲਮਾਂ ਬਣਦੀਆਂ ਤੁਹਾਡੀਆਂ, ਜੇ ਅਸੀਂ ਦੂਜੀਆਂ ਫਿਲਮਾਂ ਬਣਾਉਣ ਤਾਂ ਦੂਜੀਆਂ ਦੇਖਦੇ ਵੀ ਨਹੀਂ, ਫਿਰ ਤੁਸੀਂ ਭੱਜ ਕੇ ਉਹਨਾਂ ਨੂੰ ਹੀ ਦੇਖਦੇ ਹੋ ਅਤੇ ਫਿਰ ਸਾਨੂੰ ਆ ਕੇ ਤੁਸੀਂ ਔਖੇ ਹੁੰਦੇ ਹੋ। ਜ਼ਮਾਨਾ ਇੰਨਾ ਨਾ, ਕਮੇਡੀ ਤੋਂ ਬਿਨਾਂ ਗੱਲ ਬਣ ਨਹੀਂ ਸਕਦੀ। ਤੁਸੀਂ ਦੇਖੋ ਤਾਂ ਸਹੀ, ਹਰ ਇੱਕ ਦੇ ਦਿਮਾਗ 'ਚ ਸਟ੍ਰੈਸ ਕਿੰਨਾ, ਮਰਨ ਤੱਕ ਬੰਦੇ ਜਾਂਦੇ ਹੈਗੇ ਆ, ਅਤੇ ਜੇ ਸਿਨੇਮੇ 'ਚ ਜਾ ਕੇ 2 ਘੰਟੇ ਨਾ ਹੱਸਣ ਤਾਂ ਫਿਰ ਉਹਨਾਂ ਦਾ ਗੁਜ਼ਾਰਾ ਕਿਵੇਂ ਹੋ ਸਕਦਾ। ਵੇਖੋ ਤੁਹਾਡੇ ਹੁੰਦੇ ਕਿੰਨੇ ਆਰਟਿਸਟ ਆਰਟਿਸਟ ਨਵੇਂ ਆਏ, ਕਿੰਨੇ ਚਲੇ ਜਾਂਦੇ, ਤੇ ਨਿਰਮਲ ਰਿਸ਼ੀ ਉੱਥੇ ਖੜੇ ਨੇ, ਵੇਖ ਲਓ ਸਾਰੀ ਫਿਲਮਾਂ ਕਿੰਨੇ ਨੇ, ਇਹ 3 ਸੈੱਟ ਜਿਹੜੇ ਹੁੰਦੇ ਨੇ ਕੰਪਲੀਟ ਹੀ ਹੁੰਦੇ। ਇਹ ਤਾਂ ਨਾ ਇੱਕ ਬਹੁਤ ਸੰਘਣੀ ਛਾਂ ਵਾਲਾ ਬੋਰਡ ਹੈ, ਅਸੀਂ ਤਾਂ ਥੱਲੇ ਛਾਂ ਮਾਣ ਰਹੇ ਇਹਨਾਂ ਨੂੰ ਪਤਾ ਨਾ, ਉਦੋਂ ਐਂ ਲੱਗਦਾ ਹੁੰਦਾ ਸਾਨੂੰ ਕੋਈ ਫਿਕਰ ਹੀ ਨਹੀਂ ਹੁੰਦਾ, ਕੋਈ ਫਿਕਰ ਨਹੀਂ ਹੁੰਦਾ। ਨਹੀਂ ਮੈਨੂੰ ਕਹਿੰਦੇ ਵੀ ਕਾਮੇਡੀ ਫਿਲਮਾਂ ਬਣਦੀਆਂ ਤੁਹਾਡੀਆਂ, ਜੇ ਅਸੀਂ ਦੂਜੀਆਂ ਫਿਲਮਾਂ ਬਣਾਉਣ ਤਾਂ ਦੂਜੀਆਂ ਦੇਖਦੇ ਵੀ ਨਹੀਂ। ਹੁਣ ਜਿਵੇਂ ਹਰਜੀਤਾ ਸੀ, ਸੂਬੇਦਾਰ ਜੋਗਿੰਦਰ ਸਿੰਘ ਸੀ, ਦਾਣਾ ਪਾਣੀ ਸੀ, ਚੱਲ ਜਿੰਦੀ ਸੀਗੀ, ਇੰਨੀਆਂ ਸੋਹਣੀਆਂ ਫਿਲਮਾਂ। ਜੇ ਕਹਿੰਦੇ ਤੁਸੀਂ ਕਮੇਡੀ ਮੇਡੀ, ਅਸੀਂ ਕਹਿੰਦੇ ਵੀ ਕਮੇਡੀ ਨਾ ਬਣਾਈ ਤਾਂ ਹੋਰ ਕਿਹੜੀ, ਤੁਸੀਂ ਫਿਰ ਤੁਸੀਂ ਭੱਜ ਕੇ ਉਹਨਾਂ ਨੂੰ ਦੇਖਦੇ ਹੋ ਅਤੇ ਫਿਰ ਸਾਨੂੰ ਆ ਕੇ ਤੁਸੀਂ ਔਖੇ ਹੁੰਦੇ ਹੋ। ਪਰ ਅੱਜ ਕੱਲ੍ਹ ਜ਼ਮਾਨਾ ਇੰਨਾ ਨਾ, ਕਮੇਡੀ ਤੋਂ ਬਿਨਾਂ ਗੱਲ ਬਣ ਨਹੀਂ ਸਕਦੀ। ਤੁਸੀਂ ਦੇਖੋ ਤਾਂ ਸਹੀ, ਹਰ ਇੱਕ ਦੇ ਦਿਮਾਗ 'ਚ ਸਟ੍ਰੈਸ ਕਿੰਨਾ, ਮਰਨ ਤੱਕ ਬੰਦੇ ਜਾਂਦੇ ਹੈਗੇ ਆ, ਅਤੇ ਜੇ ਸਿਨੇਮੇ 'ਚ ਜਾ ਕੇ 2 ਘੰਟੇ ਨਾ ਹੱਸਣ ਤਾਂ ਫਿਰ ਉਹਨਾਂ ਦਾ ਗੁਜ਼ਾਰਾ ਕਿਵੇਂ ਹੋ ਸਕਦਾ, ਹੈ ਨਾ। ਫਿਰ 4 ਗੱਲਾਂ ਵੀ ਕਰਦੇ ਉਹਦੇ ਬਾਰੇ, ਚਲੋ ਇੰਨਾ ਕੁ ਟਾਈਮ ਉਹਨਾਂ ਦਾ ਬਿਨਾਂ ਸਟ੍ਰੈਸ ਤੋਂ ਲੰਘ ਜਾਂਦਾ, ਇਹ ਸਾਨੂੰ ਬਹੁਤ ਖੁਸ਼ੀ ਹੈ। ਅਤੇ ਚੱਲ ਭੱਜ ਚੱਲੀਏ ਫਿਲਮ ਬਹੁਤ ਹੀ ਸੋਹਣੀ ਹੈ, ਕਾਮੇਡੀ ਹੈ। ਰੁਪਿੰਦਰ ਹੋਣਾ ਦੇ ਕਹਿਣ ਵਾਂਗੂ ਜਿੰਨੇ ਵੀ ਆਰਟਿਸਟ ਉਹਨੇ ਲਏ ਨੇ, ਥੀਏਟਰ ਆਰਟਿਸਟ ਲਏ ਆ, ਉਹ ਕਹਿੰਦੇ ਥੀਏਟਰ ਆਰਟਿਸਟ ਨੂੰ ਕੋਈ ਲੈਂਦਾ ਨਹੀਂ, ਪਰ ਉਹ ਥੋੜ੍ਹਾ ਅੱਗੇ ਆ ਕੇ ਵਧਣ, ਕੁਛ ਦਿਖਾਉਣ ਆਪਣਾ, ਛੋਟਾ ਮੋਟਾ ਕੰਮ ਕਰਨ, ਯੂਟਿਊਬ 'ਤੇ ਕਰਨ, ਕੁਛ ਕਰਨ, ਤਾਂ ਉਹਨਾਂ ਨੂੰ ਕੋਈ ਦੇਖੇ ਤਾਂ ਫਿਰ ਉਹ ਆਉਣ। ਅਤੇ ਫਿਰ ਆਪਣੇ ਇਹ ਗੁਰਮੀਤ ਜੀ ਅਤੇ ਅਭਿਸ਼ੇਕ ਜੀ ਅਤੇ ਇਹਨਾਂ ਦੀ ਸਾਰੀ ਟੀਮ ਇੰਨੀ ਅੱਛੀ ਹੈ ਨਾ ਜੀ, ਮੈਂ ਬੰਦੂਕ ਨਾਲ ਹੀ ਲੋਟ ਆਉਂਦੇ ਆ, ਭਾਵੇਂ ਦਿਖਾਉਣੀ ਪਵੇ, ਮਾਰਦੇ ਮੁਰਦੇ ਨਹੀਂ, ਇਹ ਵੀ ਪਤਾ ਹੈਗਾ। ਅਤੇ ਆਪਣੇ ਹਾਂ, ਇਟਸ ਅ ਗੁੱਡ ਮੂਵੀ, ਆਪਣੇ ਸੁਨੀਲ ਨੇ ਇਹਨੂੰ ਡਾਇਰੈਕਟ ਕੀਤਾ ਹੈਗਾ, ਅਸੀਂ ਸਾਰੇ ਜਣੇ ਰਲ ਮਿਲ ਕੇ ਐਡਾ ਅੱਛਾ ਕੰਮ ਹੋਇਆ ਨਾ, ਮਤਲਬ ਸਾਨੂੰ ਪਤਾ ਹੀ ਲੱਗਿਆ ਅਸੀਂ ਫਿਲਮ ਕਰਦੇ ਹਾਂ ਕਿ ਅਸੀਂ ਘਰੇ ਬੈਠੇ ਹਾਂ। ਮੈਨੂੰ ਕਹਿੰਦੇ ਵੀ ਕਾਮੇਡੀ ਫਿਲਮਾਂ ਬਣਦੀਆਂ ਤੁਹਾਡੀਆਂ, ਜੇ ਅਸੀਂ ਦੂਜੀਆਂ ਫਿਲਮਾਂ ਬਣਾਉਣ ਤਾਂ ਦੂਜੀਆਂ ਦੇਖਦੇ ਵੀ ਨਹੀਂ, ਫਿਰ ਤੁਸੀਂ ਭੱਜ ਕੇ ਉਹਨਾਂ ਨੂੰ ਹੀ ਦੇਖਦੇ ਹੋ ਅਤੇ ਫਿਰ ਸਾਨੂੰ ਆ ਕੇ ਤੁਸੀਂ ਔਖੇ ਹੁੰਦੇ ਹੋ। ਜ਼ਮਾਨਾ ਇੰਨਾ ਨਾ, ਕਮੇਡੀ ਤੋਂ ਬਿਨਾਂ ਗੱਲ ਬਣ ਨਹੀਂ ਸਕਦੀ। ਤੁਸੀਂ ਦੇਖੋ ਤਾਂ ਸਹੀ, ਹਰ ਇੱਕ ਦੇ ਦਿਮਾਗ 'ਚ ਸਟ੍ਰੈਸ ਕਿੰਨਾ, ਮਰਨ ਤੱਕ ਬੰਦੇ ਜਾਂਦੇ ਹੈਗੇ ਆ, ਅਤੇ ਜੇ ਸਿਨੇਮੇ 'ਚ ਜਾ ਕੇ 2 ਘੰਟੇ ਨਾ ਹੱਸਣ ਤਾਂ ਫਿਰ ਉਹਨਾਂ ਦਾ ਗੁਜ਼ਾਰਾ ਕਿਵੇਂ ਹੋ ਸਕਦਾ। ਵੇਖੋ ਤੁਹਾਡੇ ਹੁੰਦੇ ਕਿੰਨੇ ਆਰਟਿਸਟ ਆਰਟਿਸਟ ਨਵੇਂ ਆਏ, ਕਿੰਨੇ ਚਲੇ ਜਾਂਦੇ, ਤੇ ਨਿਰਮਲ ਰਿਸ਼ੀ ਉੱਥੇ ਖੜੇ ਨੇ, ਵੇਖ ਲਓ ਸਾਰੀ ਫਿਲਮਾਂ ਕਿੰਨੇ ਨੇ, ਇਹ 3 ਸੈੱਟ ਜਿਹੜੇ ਹੁੰਦੇ ਨੇ ਕੰਪਲੀਟ ਹੀ ਹੁੰਦੇ। ਇਹ ਤਾਂ ਨਾ ਇੱਕ ਬਹੁਤ ਸੰਘਣੀ ਛਾਂ ਵਾਲਾ ਬੋਰਡ ਹੈ, ਅਸੀਂ ਤਾਂ ਥੱਲੇ ਛਾਂ ਮਾਣ ਰਹੇ ਇਹਨਾਂ ਨੂੰ ਪਤਾ ਨਾ, ਉਦੋਂ ਐਂ ਲੱਗਦਾ ਹੁੰਦਾ ਸਾਨੂੰ ਕੋਈ ਫਿਕਰ ਹੀ ਨਹੀਂ ਹੁੰਦਾ, ਕੋਈ ਫਿਕਰ ਨਹੀਂ ਹੁੰਦਾ। ਨਹੀਂ ਮੈਨੂੰ ਕਹਿੰਦੇ ਵੀ ਕਾਮੇਡੀ ਫਿਲਮਾਂ ਬਣਦੀਆਂ ਤੁਹਾਡੀਆਂ, ਜੇ ਅਸੀਂ ਦੂਜੀਆਂ ਫਿਲਮਾਂ ਬਣਾਉਣ ਤਾਂ ਦੂਜੀਆਂ ਦੇਖਦੇ ਵੀ ਨਹੀਂ। ਹੁਣ ਜਿਵੇਂ ਹਰਜੀਤਾ ਸੀ, ਸੂਬੇਦਾਰ ਜੋਗਿੰਦਰ ਸਿੰਘ ਸੀ, ਦਾਣਾ ਪਾਣੀ ਸੀ, ਚੱਲ ਜਿੰਦੀ ਸੀਗੀ, ਇੰਨੀਆਂ ਸੋਹਣੀਆਂ ਫਿਲਮਾਂ। ਜੇ ਕਹਿੰਦੇ ਤੁਸੀਂ ਕਮੇਡੀ ਮੇਡੀ, ਅਸੀਂ ਕਹਿੰਦੇ ਵੀ ਕਮੇਡੀ ਨਾ ਬਣਾਈ ਤਾਂ ਹੋਰ ਕਿਹੜੀ, ਤੁਸੀਂ ਫਿਰ ਤੁਸੀਂ ਭੱਜ ਕੇ ਉਹਨਾਂ ਨੂੰ ਹੀ ਦੇਖਦੇ ਹੋ ਅਤੇ ਫਿਰ ਸਾਨੂੰ ਆ ਕੇ ਤੁਸੀਂ ਔਖੇ ਹੁੰਦੇ ਹੋ। ਪਰ ਅੱਜ ਕੱਲ੍ਹ ਜ਼ਮਾਨਾ ਇੰਨਾ ਨਾ, ਕਮੇਡੀ ਤੋਂ ਬਿਨਾਂ ਗੱਲ ਬਣ ਨਹੀਂ ਸਕਦੀ। ਤੁਸੀਂ ਦੇਖੋ ਤਾਂ ਸਹੀ, ਹਰ ਇੱਕ ਦੇ ਦਿਮਾਗ 'ਚ ਸਟ੍ਰੈਸ ਕਿੰਨਾ, ਮਰਨ ਤੱਕ ਬੰਦੇ ਜਾਂਦੇ ਹੈਗੇ ਆ, ਅਤੇ ਜੇ ਸਿਨੇਮੇ 'ਚ ਜਾ ਕੇ 2 ਘੰਟੇ ਨਾ ਹੱਸਣ ਤਾਂ ਫਿਰ ਉਹਨਾਂ ਦਾ ਗੁਜ਼ਾਰਾ ਕਿਵੇਂ ਹੋ ਸਕਦਾ, ਹੈ ਨਾ। ਫਿਰ 4 ਗੱਲਾਂ ਵੀ ਕਰਦੇ ਉਹਦੇ ਬਾਰੇ, ਚਲੋ ਇੰਨਾ ਕੁ ਟਾਈਮ ਉਹਨਾਂ ਦਾ ਬਿਨਾਂ ਸਟ੍ਰੈਸ ਤੋਂ ਲੰਘ ਜਾਂਦਾ, ਇਹ ਸਾਨੂੰ ਬਹੁਤ ਖੁਸ਼ੀ ਹੈ। ਅਤੇ ਚੱਲ ਭੱਜ ਚੱਲੀਏ ਫਿਲਮ ਬਹੁਤ ਹੀ ਸੋਹਣੀ ਹੈ,
ਕਮੇਟੀ ਹੈ ਰੁਪਿੰਦਰ ਹੋਣਾ ਦੇ ਕਹਿਣ ਵਾਂਗੂ ਜਿੰਨੇ ਵੀ ਆਰਟਿਸਟ ਉਹਨੇ ਲਏ ਨੇ ਥੀਏਟਰ ਆਰਟਿਸਟ ਲਏ ਆ, ਉਹ ਕਹਿੰਦੇ ਥੀਏਟਰ ਆਰਟਿਸਟ ਨੂੰ ਕੋਈ ਲੈਂਦਾ ਨਹੀਂ, ਪਰ ਉਹ ਥੋੜ੍ਹਾ ਅੱਗੇ ਆ ਕੇ ਵਧਣ, ਕੁਛ ਦਿਖਾਉਣ ਆਪਣਾ, ਛੋਟਾ ਮੋਟਾ ਕੰਮ ਕਰਨ, ਯੂਟਿਊਬ 'ਤੇ ਕਰਨ, ਕੁਛ ਕਰਨ, ਤਾਂ ਉਹਨਾਂ ਨੂੰ ਕੋਈ ਦੇਖੇ ਤਾਂ ਫਿਰ ਉਹ ਆਉਣ. ਅਤੇ ਫਿਰ ਆਪਣੇ ਇਹ ਗੁਰਮੀਤ ਜੀ ਅਤੇ ਅਭਿਸ਼ੇਕ ਜੀ ਅਤੇ ਇਹਨਾਂ ਦੀ ਸਾਰੀ ਟੀਮ ਇੰਨੀ ਅੱਛੀ ਹੈ ਨਾ ਜੀ. ਬੰਦੂਕ ਨਾਲ ਹੀ ਲੋਟ ਆਉਂਦੇ ਆ, ਭਾਵੇਂ ਦਿਖਾਉਣੀ ਪਵੇ, ਮਾਰਦੇ ਮੁਰਦੇ ਨਹੀਂ, ਇਹ ਵੀ ਪਤਾ ਹੈਗਾ. ਅਤੇ ਆਪਣੇ ਹਾਂ ਇਟਸ ਅ ਗੁੱਡ ਮੂਵੀ, ਆਪਣੇ ਸੁਨੀਲ ਨੇ ਇਹਨੂੰ ਡਾਇਰੈਕਟ ਕੀਤਾ ਹੈਗਾ. ਅਸੀਂ ਸਾਰੇ ਜਣੇ ਰਲ ਮਿਲ ਕੇ ਐਡਾ ਅੱਛਾ ਕੰਮ ਹੋਇਆ ਨਾ, ਮਤਲਬ ਸਾਨੂੰ ਪਤਾ ਹੀ ਲੱਗਿਆ ਅਸੀਂ ਫਿਲਮ ਕਰਦੇ ਹਾਂ ਕਿ ਅਸੀਂ ਘਰ ਬੈਠੇ ਹਾਂ.